ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਕੇਸ ਸਟੱਡੀ ਉਹ ਸਟੂਡੈਂਟਸ ਲਈ ਹੈ ਜਿਨ੍ਹਾਂ ਲਈ ਇਹ ਮਿੱਥ ਹੈ ਕਿ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਇੱਕ ਵਾਰੀ ਰਿਫਿਊਜ਼ ਹੋਇਆ ਦੁਬਾਰਾ ਲੱਗਦਾ ਨਹੀਂ। ਸੋ ਗੱਲ ਕਰਾਂਗੇ ਇਸ ਕੇਸ ਦੀ ਸੰਯਮ ਨਾਮ ਦਾ ਸਟੂਡੈਂਟ ਜੋ ਕਿ ਆਸਟ੍ਰੇਲੀਆ ਆਲਰੇਡੀ ਰਿਫਿਊਜ਼ਡ ਸੀ 2018 ਦੇ ਵਿੱਚ। ਸੋ ਇਹਦੇ 'ਚ ਡਾਕੂਮੈਂਟਸ ਦੀ ਗੱਲ ਕਰ ਲਈਏ, 2017 ਦੇ ਵਿੱਚ ਪਲੱਸ ਟੂ ਕਰਨ ਤੋਂ ਬਾਅਦ 2018 'ਚ ਸਟੂਡੈਂਟ ਵੀਜ਼ਾ ਅਪਲਾਈ ਕੀਤਾ, ਸਟੂਡੈਂਟ ਵੀਜ਼ਾ ਰਿਫਿਊਜ਼ ਹੋਇਆ। ਨੰਬਰਸ ਸ਼ਾਇਦ ਮੇਜਰ ਰੀਜ਼ਨ ਸੀਗਾ ਜਿਹਦੇ ਕਰਕੇ ਵੀਜ਼ਾ ਰਿਫਿਊਜ਼ ਹੋਇਆ। ਮੈਥਸ 33, ਫਿਜ਼ਿਕਸ 65, ਕੈਮਿਸਟਰੀ 52। ਸੋ ਇਹ ਨੰਬਰ ਸੀਗੇ ਜਿਨ੍ਹਾਂ ਕਰਕੇ ਸ਼ਾਇਦ ਕਿਤੇ ਨਾ ਕਿਤੇ ਵੀਜ਼ਾ ਰਿਫਿਊਜ਼ ਹੋਇਆ। ਦੁਬਾਰਾ ਮੈਥ ਦਾ ਪੇਪਰ ਦਿੱਤਾ ਗਿਆ ਰੀਅਪੇਅਰ ਦੇ ਵਿੱਚ, ਜੋ ਕਿ 2018 'ਚ ਉਹਦੇ 'ਚ ਸਕੋਰ ਕੀਤਾ 81। ਸੋ ਇੱਕ ਤਾਂ ਇਹ ਕਿ ਮਿਹਨਤ ਕਰਕੇ 33 ਨੰਬਰਾਂ ਨੂੰ 81 ਨੰਬਰਾਂ 'ਚ ਵੀ ਕਨਵਰਟ ਕੀਤਾ ਜਾ ਸਕਦਾ। ਆਇਲਟਸ ਦੇ ਸਕੋਰ ਦੀ ਜੇ ਗੱਲ ਕਰ ਲਈਏ ਦੁਬਾਰਾ, ਫਿਰ ਬਹੁਤ ਸਾਰੇ ਕੰਸਲਟੈਂਟ ਕਹਿੰਦੇ ਨੇ ਕਿ ਜੀ ਆਸਟ੍ਰੇਲੀਆ ਦੇ ਵਿੱਚ 2.5, 3.5 ਬੈਂਡ ਹੋਣ ਅਤੇ ਵੀਜ਼ਾ ਨਹੀਂ ਲੱਗ ਸਕਦਾ। ਤੁਸੀਂ ਦੇਖ ਸਕਦੇ ਹੋ 3 ਮੋਡਿਊਲ 5.5 ਰੀਡਿੰਗ 'ਚ 6.5 ਓਵਰਆਲ 6 ਬੈਂਡ ਦੇ ਨਾਲ ਸਟੂਡੈਂਟ ਵੀਜ਼ਾ ਦੁਬਾਰਾ ਅਪਲਾਈ ਕਰਕੇ ਲਿਆ। 26 ਸਤੰਬਰ 2018 ਦੇਖ ਲਓ ਸਟੂਡੈਂਟ ਵੀਜ਼ਾ ਰਿਫਿਊਜ਼ਲ ਲਿਖਿਆ ਹੋਇਆ, ਜੋ ਕਿ ਇਹਨਾਂ ਨੇ ਰਿਫਿਊਜ਼ ਕਿਸੇ ਕੰਸਲਟੈਂਟ ਤੋਂ ਜਾ ਕੇ ਆਪਣਾ ਵੀਜ਼ਾ ਅਪਲਾਈ ਕੀਤਾ ਸੀ ਔਰ ਵੀਜ਼ਾ ਗ੍ਰਾਂਟ ਨਹੀਂ ਹੋਇਆ। ਦੁਬਾਰਾ ਜਦੋਂ ਓਮ ਗਲੋਬਲ ਦੀ ਟੀਮ ਨੇ ਵੀਜ਼ਾ ਅਪਲਾਈ ਕੀਤਾ, ਜੋ ਕਮੀਆਂ ਸੀਗੀਆਂ, ਜੋ ਕੁਛ ਅਲਟਰਨੇਸ਼ਨਸ ਕਰ ਸਕਦੇ ਸੀ, ਅਮੈਂਡਮੈਂਟਸ ਕਰ ਸਕਦੇ ਸੀ, ਉਹ ਅਮੈਂਡਮੈਂਟਸ ਕਰਨ ਤੋਂ ਬਾਅਦ 11 ਅਕਤੂਬਰ 2019 ਨੂੰ ਸੰਯਮ ਦਾ ਵੀਜ਼ਾ ਗ੍ਰਾਂਟ ਹੋਇਆ। ਵੀਜ਼ਾ ਗ੍ਰਾਂਟ ਨੋਟੀਫਿਕੇਸ਼ਨ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਹੈ ਕਿ ਜੇ ਕਿਸੇ ਦਾ ਕਿਸੇ ਵੀ ਅੰਬੈਸੀ ਤੋਂ, ਇਹ ਤਾਂ ਇੱਕ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਕਿਸੇ ਵੀ ਕੰਟਰੀ ਕਿਸੇ ਵੀ ਅੰਬੈਸੀ ਤੋਂ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ, ਵੀਜ਼ਾ ਰੀਅਪਲਾਈ ਕਰਨ ਦਾ ਹੱਕ ਹਰ ਬੰਦੇ ਨੂੰ ਹੈ ਔਰ ਰੀਅਪਲਾਈ ਦੇ ਵਿੱਚ ਵੀ ਵੀਜ਼ੇ ਲੱਗਦੇ ਨੇ। ਸੋ ਜੇਕਰ ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA ਕਿਸੇ ਵੀ ਕੰਟਰੀ ਤੋਂ ਵੀਜ਼ਾ ਰਿਫਿਊਜ਼ ਕਰਾਇਆ ਔਰ ਤੁਹਾਨੂੰ ਲੱਗਦਾ ਕਿ ਦੁਬਾਰਾ ਵੀਜ਼ਾ ਨਹੀਂ ਆ ਸਕਦਾ, ਆਪਣੇ ਡਾਕੂਮੈਂਟ ਚੱਕੋ, ਓਮ ਗਲੋਬਲ ਦੇ ਆਫਿਸ ਵਿਜ਼ਿਟ ਕਰੋ, ਰਿਫਿਊਜ਼ਲ ਲੈਟਰ ਨਾਲ ਲੈ ਕੇ ਜਾਓ, ਜ਼ਰੂਰ ਕੋਈ ਨਾ ਕੋਈ ਹੱਲ ਕੱਢਿਆ ਜਾਏਗਾ। ਸ਼ੁਕਰੀਆ ਜੀ।